ਜਿਹੜਾ ਪੁਲਿਸ ਨੇ ਇੱਕ ਖਾਸ ਮੁਹਿੰਮ ਚਲਾਈ ਸੀ ਜਿਸ ਦੇ ਸੰਬੰਧ ਵਿੱਚ ਮੁੱਖ ਅਫਸਰ ਥਾਣਾ ਸਿਟੀ ਜਿਹੜਾ ਉਹਨਾਂ ਨੇ ਬਰਾਏ ਭੈੜੇ ਪੁਰਸ਼ਾਂ ਦੀ ਤਲਾਸ਼ ਦੇ ਸੰਬੰਧ 'ਚ ਖੜੋਤੇ ਸੀ ਚੌਂਕ 'ਚ ਜਿੱਥੇ ਸਾਡੇ ਇੱਕ ਦੇਸ ਸੇਵਕ ਨੇ ਆਣ ਕੇ ਇਨਫੋਰਮੇਸ਼ਨ ਦਿੱਤੀ ਕਿ ਜਿਹੜਾ ਮਨਜੀਤ ਸਿੰਘ ਮੋਨੀ ਹੈ ਸਾਨੂੰ ਪ੍ਰੇਮ ਸਿੰਘ ਇਹ ਕ੍ਰਿਕਟ ਦੇ ਮੈਚਾਂ 'ਤੇ ਦੜਾ ਸੱਟਾ ਲਾ ਕੇ ਭਾਰੀ ਮਾਤਰਾ ਦੇ ਵਿੱਚ ਪੈਸੇ ਕਮਾ ਰਿਹਾ ਅਤੇ ਭੋਲੇ ਭਾਲੇ ਲੋਕਾਂ ਨੂੰ ਜਿਸ 'ਤੇ ਜਿਹੜਾ ਹੈਗਾ ਆ SHO ਸਾਹਿਬ ਨੇ ਉਸਦੇ ਘਰ ਰੇਡ ਕੀਤਾ ਜਿੱਥੇ ਸਾਨੂੰ ਇਹ ਆਪ ਤੋਂ ਉੱਥੋਂ ਭੱਜ ਗਿਆ ਅਤੇ ਇਸ ਪਾਸੋਂ ਜਿਹੜਾ ਹੈਗਾ ਆ ਮਾਣਯੋਗ ਸ਼੍ਰੀ ਹਰੀਸ਼ ਦਿਆਮਾ ਜੀ IPS SSP ਗੁਰਦਾਸਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜਾ ਪੁਲਿਸ ਨੇ ਇੱਕ ਖਾਸ ਮੁਹਿੰਮ ਚਲਾਈ ਸੀ ਮਾੜੇ ਅਨਸਰਾਂ ਦੇ ਖਿਲਾਫ ਜਿਸ ਦੇ ਸੰਬੰਧ ਵਿੱਚ ਮੁੱਖ ਅਫਸਰ ਥਾਣਾ ਸਿਟੀ ਜਿਹੜਾ ਉਹਨਾਂ ਨੇ ਬਰਾਏ ਭੈੜੇ ਪੁਰਸ਼ਾਂ ਦੀ ਤਲਾਸ਼ ਦੇ ਸੰਬੰਧ 'ਚ ਖੜੋਤੇ ਸੀ ਚੌਂਕ 'ਚ ਜਿੱਥੇ ਸਾਡੇ ਇੱਕ ਦੇਸ ਸੇਵਕ ਨੇ ਆਣ ਕੇ ਇਨਫੋਰਮੇਸ਼ਨ ਦਿੱਤੀ ਕਿ ਜਿਹੜਾ ਮਨਜੀਤ ਸਿੰਘ ਮੋਨੀ ਹੈ ਸਾਨੂੰ ਪ੍ਰੇਮ ਸਿੰਘ ਇਹ ਕ੍ਰਿਕਟ ਦੇ ਮੈਚਾਂ 'ਤੇ ਦੜਾ ਸੱਟਾ ਲਾ ਕੇ ਭਾਰੀ ਮਾਤਰਾ ਦੇ ਵਿੱਚ ਪੈਸੇ ਕਮਾ ਰਿਹਾ ਅਤੇ ਭੋਲੇ ਭਾਲੇ ਲੋਕਾਂ ਨੂੰ ਠੱਗੀਆਂ ਮਾਰ ਰਿਹਾ ਜਿਸ 'ਤੇ ਜਿਹੜਾ ਹੈਗਾ ਆ SHO ਸਾਹਿਬ ਨੇ ਉਸਦੇ ਘਰ ਰੇਡ ਕੀਤਾ ਜਿੱਥੇ ਸਾਨੂੰ ਇਹ ਆਪ ਤੋਂ ਉੱਥੋਂ ਭੱਜ ਗਿਆ ਅਤੇ ਇਸ ਪਾਸੋਂ ਜਿਹੜਾ ਹੈਗਾ ਆ ਸਾਨੂੰ ਕਿੰਨਾ ਹੋ ਗਿਆ 12,23,800 ਰੁਪਈਆ ਬਰਾਮਦ ਹੋਇਆ ਨਾਲ 14 ਜਿਹੜੇ ਮੋਬਾਈਲ ਫੋਨ ਬਰਾਮਦ ਹੋਏ ਆ ਇੱਕ ਲੈਪਟੋਪ ਇੱਕ ਟੈਬ ਇੱਕ ਮਰਸਡੀ ਗੱਡੀ ਬਰਾਮਦ ਹੋਈ ਆ ਅਤੇ 2 ਰਜਿਸਟਰ ਬਰਾਮਦ ਹੋਏ ਆ ਇਹਦੀ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਅਗਲਾ ਸਾਨੂੰ ਪਤਾ ਲੱਗੇਗਾ ਇਹਦੇ ਨਾਲ ਇਹਦੇ ਧੰਦੇ 'ਚ ਕੌਣ ਕੌਣ ਸ਼ਾਮਲ ਨੇ ਔਰ ਇਹਦੇ ਤੋਂ ਹੋਰ ਵੀ ਕਈ ਖੁਲਾਸੇ ਹੋਣਗੇ ਪੁੱਛਗਿੱਛ ਤੋਂ ਜਦੋਂ ਇਹਨੇ ਹੋਰ ਕਿੰਨੇ ਪੈਸੇ ਕਮਾਏ ਆ ਜਾਂ ਇਹਦੇ ਬੈਂਕ ਦੇ ਜਿਹੜੇ ਖਾਤਿਆਂ ਦੀ ਛਾਣਬੀਨ ਕਰਕੇ ਅਸੀਂ ਉਹ ਵੀ ਅੱਗੇ ਖੁਲਾਸਾ ਕਰਾਂਗੇ ਜਿਹੜਾ ਪੁਲਿਸ ਨੇ ਇੱਕ ਖਾਸ ਮੁਹਿੰਮ ਚਲਾਈ ਸੀ ਜਿਸ ਦੇ ਸੰਬੰਧ ਵਿੱਚ ਮੁੱਖ ਅਫਸਰ ਥਾਣਾ ਸਿਟੀ ਜਿਹੜਾ ਉਹਨਾਂ ਨੇ ਬਰਾਏ ਭੈੜੇ ਪੁਰਸ਼ਾਂ ਦੀ ਤਲਾਸ਼ ਦੇ ਸੰਬੰਧ 'ਚ ਖੜੋਤੇ ਸੀ ਚੌਂਕ 'ਚ ਜਿੱਥੇ ਸਾਡੇ ਇੱਕ ਦੇਸ ਸੇਵਕ ਨੇ ਆਣ ਕੇ ਇਨਫੋਰਮੇਸ਼ਨ ਦਿੱਤੀ ਕਿ ਜਿਹੜਾ ਮਨਜੀਤ ਸਿੰਘ ਮੋਨੀ ਹੈ ਸਾਨੂੰ ਪ੍ਰੇਮ ਸਿੰਘ ਇਹ ਕ੍ਰਿਕਟ ਦੇ ਮੈਚਾਂ 'ਤੇ ਦੜਾ ਸੱਟਾ ਲਾ ਕੇ ਭਾਰੀ ਮਾਤਰਾ ਦੇ ਵਿੱਚ ਪੈਸੇ ਕਮਾ ਰਿਹਾ ਅਤੇ ਭੋਲੇ ਭਾਲੇ ਲੋਕਾਂ ਨੂੰ ਜਿਸ 'ਤੇ ਜਿਹੜਾ ਹੈਗਾ ਆ SHO ਸਾਹਿਬ ਨੇ ਉਸਦੇ ਘਰ ਰੇਡ ਕੀਤਾ ਜਿੱਥੇ ਸਾਨੂੰ ਇਹ ਆਪ ਤੋਂ ਉੱਥੋਂ ਭੱਜ ਗਿਆ ਅਤੇ ਇਸ ਪਾਸੋਂ ਜਿਹੜਾ ਹੈਗਾ ਆ ਮਾਣਯੋਗ ਸ਼੍ਰੀ ਹਰੀਸ਼ ਦਿਆਮਾ ਜੀ IPS SSP ਗੁਰਦਾਸਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜਾ ਪੁਲਿਸ ਨੇ ਇੱਕ ਖਾਸ ਮੁਹਿੰਮ ਚਲਾਈ ਸੀ ਮਾੜੇ ਅਨਸਰਾਂ ਦੇ ਖਿਲਾਫ ਜਿਸ ਦੇ ਸੰਬੰਧ ਵਿੱਚ ਮੁੱਖ ਅਫਸਰ ਥਾਣਾ ਸਿਟੀ ਜਿਹੜਾ ਉਹਨਾਂ ਨੇ ਬਰਾਏ ਭੈੜੇ ਪੁਰਸ਼ਾਂ ਦੀ ਤਲਾਸ਼ ਦੇ ਸੰਬੰਧ 'ਚ ਖੜੋਤੇ ਸੀ ਚੌਂਕ 'ਚ ਜਿੱਥੇ ਸਾਡੇ ਇੱਕ ਦੇਸ ਸੇਵਕ ਨੇ ਆਣ ਕੇ ਇਨਫੋਰਮੇਸ਼ਨ ਦਿੱਤੀ ਕਿ ਜਿਹੜਾ ਮਨਜੀਤ ਸਿੰਘ ਮੋਨੀ ਹੈ ਸਾਨੂੰ ਪ੍ਰੇਮ ਸਿੰਘ ਇਹ ਕ੍ਰਿਕਟ ਦੇ ਮੈਚਾਂ 'ਤੇ ਦੜਾ ਸੱਟਾ ਲਾ ਕੇ ਭਾਰੀ ਮਾਤਰਾ ਦੇ ਵਿੱਚ ਪੈਸੇ ਕਮਾ ਰਿਹਾ ਅਤੇ ਭੋਲੇ ਭਾਲੇ ਲੋਕਾਂ ਨੂੰ ਠੱਗੀਆਂ ਮਾਰ ਰਿਹਾ ਜਿਸ 'ਤੇ ਜਿਹੜਾ ਹੈਗਾ ਆ SHO ਸਾਹਿਬ ਨੇ ਉਸਦੇ ਘਰ ਰੇਡ ਕੀਤਾ ਜਿੱਥੇ ਸਾਨੂੰ ਇਹ ਆਪ ਤੋਂ ਉੱਥੋਂ ਭੱਜ ਗਿਆ ਅਤੇ ਇਸ ਪਾਸੋਂ ਜਿਹੜਾ ਹੈਗਾ ਆ ਸਾਨੂੰ ਕਿੰਨਾ ਹੋ ਗਿਆ 12,23,800 ਰੁਪਈਆ ਬਰਾਮਦ ਹੋਇਆ ਨਾਲ 14 ਜਿਹੜੇ ਮੋਬਾਈਲ ਫੋਨ ਬਰਾਮਦ ਹੋਏ ਆ ਇੱਕ ਲੈਪਟੋਪ ਇੱਕ ਟੈਬ ਇੱਕ ਮਰਸਡੀ ਗੱਡੀ ਬਰਾਮਦ ਹੋਈ ਆ ਅਤੇ 2 ਰਜਿਸਟਰ ਬਰਾਮਦ ਹੋਏ ਆ ਇਹਦੀ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਅਗਲਾ ਸਾਨੂੰ ਪਤਾ ਲੱਗੇਗਾ ਇਹਦੇ ਨਾਲ ਇਹਦੇ ਧੰਦੇ 'ਚ ਕੌਣ ਕੌਣ ਸ਼ਾਮਲ ਨੇ ਔਰ ਇਹਦੇ ਤੋਂ ਹੋਰ ਵੀ ਕਈ ਖੁਲਾਸੇ ਹੋਣਗੇ ਪੁੱਛਗਿੱਛ ਤੋਂ ਜਦੋਂ ਇਹਨੇ ਹੋਰ ਕਿੰਨੇ ਪੈਸੇ ਕਮਾਏ ਆ ਜਾਂ ਇਹਦੇ ਬੈਂਕ ਦੇ ਜਿਹੜੇ ਖਾਤਿਆਂ ਦੀ ਛਾਣਬੀਨ ਕਰਕੇ ਅਸੀਂ ਉਹ ਵੀ ਅੱਗੇ ਖੁਲਾਸਾ ਕਰਾਂਗੇ।